ਇਹ ਕਰਨ ਤੋਂ ਬਾਅਦ ਜਿਹੜਾ ਉਹ ਦੀਪ ਸਿੱਧੂ ਹੈ ਜਾ ਕੇ ਉਹ ਉੱਥੇ ਉਹਨੇ ਉਹ ਲਾ ਲਿਆ ਅਤੇ ਉਹ ਸਾਡੇ ਖਿਲਾਫ਼ ਸਾਰੇ ਖਿਲਾਫ਼ ਬੋਲੀ ਜਾਂਦਾ ਹੈ। ਦਿੱਲੀ ਵੱਲੋਂ ਚਿੱਠੀ ਆਈ ਸੀਗੀ ਮੀਟਿੰਗ ਦੀ, ਉਹ ਕੱਤੀਆਂ ਨੂੰ ਨਹੀਂ ਆਈ। ਪਹਿਲੀ ਗੱਲ ਤਾਂ ਇਹ ਹੈ, ਅੱਛਾ ਜੀ, ਅਕਾਲੀ ਦਲ ਕਹਿ ਲਓ, ਕਾਂਗਰਸ ਕਹਿ ਲਓ, ਭਾਰਤੀ ਜਨਤਾ ਪਾਰਟੀ ਕਹਿ ਲਓ, ਆਪ ਵਾਲੇ ਕਹਿ ਲਓ, ਉਹਨਾਂ ਨੂੰ ਬਹੁਤ ਵੱਡੀ ਤਕਲੀਫ ਹੋਈ ਹੈ। ਲਖੌਲ ਵੱਲੋਂ ਰਿੱਟ ਪਾਈ, ਉਹ ਤਾਂ ਪਹਿਲਾਂ ਕੱਤਿਆਂ ਦੇ ਅੰਗ ਸੀਗੇ, ਇੱਧਰੋਂ ਉਹ ਕੱਢ ਤਾ ਜਾਂਦੀ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇੱਧਰ ਨੂੰ ਵੱਧ ਸ਼ਿੱਦਤ ਕਰਕੇ ਦਾਬ ਦੇਣ ਦਾ ਫੈਸਲਾ ਕੀਤਾ ਹੋਇਆ। RMB ਟੈਲੀਵਿਜ਼ਨ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਰਤਨਦੀਪ ਸਿੰਘ ਧਾਲੀਵਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਕਿਸਾਨ ਭਵਨ ਵਿਖੇ 31 ਜਥੇਬੰਦੀਆਂ ਦੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਹੋਏ ਨੇ ਜਾਂ ਗਾਂਹ ਵਾਲਾ ਰੋਡ ਮੈਪ ਕੀ ਰਹਿਣ ਵਾਲਾ ਗਾ? ਸੰਘਰਸ਼ ਦਾ ਸਾਡੇ ਨਾਲ ਮੌਜੂਦ ਨੇ ਝੰਡਾ ਸਿੰਘ ਜੇਠੂਗੇ, ਕੀ ਰੋਡ ਮੈਪ ਰਹਿਣ ਵਾਲਾ ਜੀ ਗਾਂਹ ਅੱਜ ਮੀਟਿੰਗ ਵਿੱਚ? ਜਿਹੜੀ ਮੀਟਿੰਗ ਹੋਈ ਆ 31 ਜਥੇਬੰਦੀਆਂ ਦੀ, ਉਹਦੇ 'ਚ ਇੱਕ ਫੈਸਲਾ ਤਾਂ ਇਹ ਕਰਿਆ ਕਿ ਜਿਹੜਾ ਕੈਪਟਨ ਸਾਹਿਬ ਨੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਮੀਟਿੰਗ 'ਚ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਜਿਹੜੇ ਕਾਨੂੰਨ ਹੈ ਰੱਦ ਕਰਾਂਗੇ, ਮਤਾ ਪਾਵਾਂਗੇ, ਇੱਕ ਹਫ਼ਤੇ ਦਾ ਟਾਈਮ ਮੰਗਿਆ ਸੀ। ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਹੋਰ ਦਿੱਤਾ ਵੀ ਉਹ ਮਤਾ ਪਾਉਣ, ਅਤੇ ਨਹੀਂ ਅਸੀਂ ਉਹਨਾਂ ਦੇ ਖਿਲਾਫ਼ ਵਿਸ਼ੇਸ਼ ਤੌਰ 'ਤੇ ਲੜਾਈ ਤੇਜ਼ ਕਰਾਂਗੇ ਕਾਂਗਰਸ ਦੇ ਖਿਲਾਫ਼। ਦੂਜਾ ਸੀ ਮਤਲਬ ਜੋ ਪਹਿਲਾਂ ਚੱਲ ਰਿਹਾ ਅਣਮਿੱਥੇ ਸਮੇਂ ਦਾ ਰੇਲਾਂ ਦਾ, ਉਹ ਅਣਮਿੱਥੇ ਸਮੇਂ ਲਈ ਉਹ ਵੀ ਜਾਰੀ ਰਹੂਗਾ। ਇਹਦੇ ਨਾਲ ਉਹਦੇ 'ਚ ਵਾਧਾ ਇਹ ਕੀਤਾ ਹੈ ਕਿ ਜਿਹੜੇ ਕੋਈ ਟੂਲ ਪਲੱਜੇ ਹੈ ਉਹਨਾਂ ਦੇ ਕੋਈ ਮੌਲ ਹੈ, ਲੈਂਸ ਦੇ ਪੰਪ ਹੈ, ਅਤੇ ਵਿਸ਼ੇਸ਼ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇੱਧਰ ਨੂੰ ਵੱਧ ਸ਼ਿੱਦਤ ਕਰਕੇ ਦਾਬ ਦੇਣ ਦਾ ਫੈਸਲਾ ਕੀਤਾ ਹੋਇਆ। ਉਸ ਤੋਂ ਬਾਅਦ ਹਫ਼ਤੇ ਨੂੰ ਹਾਂ ਮਤਲਬ ਫਿਰ ਮੀਟਿੰਗ ਹੋਣੀ ਹੈ, ਉਸ ਚੱਕਰ ਕੀ ਮਾਹੌਲ ਬਣਦਾ ਹੈਗਾ, ਕੀ ਗੱਲ ਆਉਂਦੀ ਹੈ ਉਹ ਹੈਗਾ। ਇੱਕ ਉੱਧਰੋਂ ਦਿੱਲੀ ਵੱਲੋਂ ਚਿੱਠੀ ਆਈ ਸੀਗੀ ਮੀਟਿੰਗ ਦੀ, ਉਹ ਕੱਤੀਆਂ ਨੂੰ ਨਹੀਂ ਆਈ। ਪਹਿਲੀ ਗੱਲ ਤਾਂ ਇਹ ਹੈ, ਹਾਂ ਉਹ 3 ਜਥੇਬੰਦੀਆਂ ਨੂੰ ਆਈ, 3 ਜਥੇਬੰਦੀਆਂ ਨੂੰ ਆਈ ਵੀ ਤੁਹਾਡੇ ਨਾਲ ਅਸੀਂ ਕਾਨਫਰੰਸ ਕਰਨੀ ਹੈ, ਤੁਹਾਨੂੰ ਸਮਝਾਉਣੀ ਹੈ ਇਹ ਗੱਲ ਕਿ ਇਹ ਜਿਹੜੇ ਕਾਨੂੰਨ ਆ ਇਹ ਕਿਸਾਨੀ ਦੇ ਹਿੱਤ 'ਚ ਕਿਵੇਂ ਹੈ, ਕਿਉਂਕਿ ਜੇ ਕੋਈ ਜਥੇਬੰਦੀਆਂ ਲੜ ਰਹੀਆਂ ਹੈ ਨਹੀਂ ਤਾਂ ਹੁੰਦਾ ਵੀ ਆਹ ਮਸਲਾ ਹੈ, ਮੁੱਦਾ ਹੈ, ਆਪੇ ਤਾਂ ਵਿਚਾਰ ਕਰਦੇ ਹਾਂ ਇਹਦੇ 'ਚ ਕੀ ਹੱਲ ਨਿਕਲ ਸਕਦਾ, ਕੀ ਕਰ ਸਕਦੇ ਹਾਂ, ਹੱਲ ਨਹੀਂ ਸਮਝਾਉਣਾ ਹੈ, ਉਹ ਅਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਰੱਦ ਕਰਤਾ ਵੀ ਕੋਈ ਮਸਲਾ ਉਸ ਮੀਟਿੰਗ 'ਚ ਨਹੀਂ ਜਾਣਾ। ਜੀ ਜਿਹੜੀ 8 ਵਾਲੀ ਹੈ ਜਿਹੜੀ ਰਿੱਟ ਪਾਈ ਗਈ ਹੈ ਲਖੋਵਾਲ ਵੱਲੋਂ, ਉਹਨਾਂ ਦਾ ਕਿੱਦਾਂ ਗਾ? ਦੇਖੋ ਜਿਹੜੀ ਲਖੋਵਾਲ ਵੱਲੋਂ ਰਿੱਟ ਪਾਈ, ਉਹ ਤਾਂ ਪਹਿਲਾਂ ਕੱਤਿਆਂ ਦੇ ਅੰਗ ਸੀਗੇ, ਇੱਧਰੋਂ ਉਹ ਕੱਢ ਤਾ ਜਾਂਦੀ, ਊਂ ਭਾਵੇਂ ਉਹ ਫਿਰ ਵਾਅਦਾ ਕਰਕੇ ਵੀ ਮੈਂ ਉਹ ਵਾਪਸ ਲੈ ਕੇ ਉਹ ਫਲਾਨਾ ਕਰੂੰਗਾ, ਕਿਹੜਾ ਇੱਧਰੋਂ ਮਤਲਬ ਹੈ ਨਹੀਂ ਇਹਨਾਂ ਸਾਰੇ 'ਚ। ਝੰਡਾ ਸਿੰਘ ਜੀ, ਜਿਹੜੀ ਇੱਕ ਨਵੀਂ ਚੀਜ਼ ਆ ਯੂਥ ਨਾਲ ਲੱਗਿਆ ਗਾ, ਆਪਾਂ ਬਾਦਲ ਵੀ ਮਿਲੇ ਸੀ, ਹੋਰ ਵੀ ਮੋਰਚਿਆਂ 'ਤੇ ਮਿਲਦੇ ਰਹਿੰਦੇ, ਯੂਥ ਨਾਲ ਲੱਗਿਆ ਗਾ, ਪਰ ਜਿਹੜੀ ਯੂਥ ਦੇ ਵਿੱਚ ਆਹ ਗੱਲ ਫੈਲ ਰਹੀ ਆ ਹੁਣ ਵੀ ਇਹ ਵਿਕਣਾ ਜਾਣ ਕਿਤੇ, ਕਿਉਂਕਿ ਇਹ ਲੱਖੋਵਾਲ ਦੀ ਜਦੋਂ ਇਹ ਚੀਜ਼ ਸਾਹਮਣੇ ਆਈ ਹੈ ਜਥੇਬੰਦੀ ਦੀ, ਤਾਂ ਕਾਫੀ ਚੀਜ਼ਾਂ ਇਹ ਹੋ ਰਹੀਆਂ ਵੀ ਯੂਥ ਨੂੰ ਸੰਭਾਲਣ ਦੇ ਲਈ ਕੀ ਕਰ ਰਹੇ ਹਾਂ, ਕਿਉਂਕਿ ਜੇ ਲੋਕ ਟੁੱਟ ਕੇ ਫਿਰ ਮੂਵਮੈਂਟ ਹੋਰ ਰੁੱਖ ਲੈ ਲੂਗੀ। ਦੇਖੋ ਜਿੱਡਾ ਵੱਡਾ ਇਹ ਘੋਲ ਨੇ ਹਾਲਤ ਪੈਦਾ ਕੀਤੀ ਹੈ, ਇਹ ਇਕੱਲੇ ਪੰਜਾਬ 'ਚ ਨਹੀਂ ਗਈ, ਇਕੱਲੇ ਦੇਸ਼ ਨਹੀਂ, ਦੁਨੀਆ ਪੱਧਰ 'ਤੇ ਇਹ ਮੂਵ ਗਈ ਹੋਈ ਹੈ। ਇਹਦੇ 'ਚੋਂ ਜਿਹੜੇ ਬੰਦੇ ਦੂਜੇ ਪਾਰਟੀਆਂ ਨਾਲ ਜੁੜੇ ਹੋਏ ਹੈ, ਅਕਾਲੀ ਦਲ ਕਹਿ ਲਓ, ਕਾਂਗਰਸ ਕਹਿ ਲਓ, ਭਾਰਤੀ ਜਨਤਾ ਪਾਰਟੀ ਕਹਿ ਲਓ, ਆਪ ਵਾਲੇ ਕਹਿ ਲਓ, ਉਹਨਾਂ ਨੂੰ ਬਹੁਤ ਵੱਡੀ ਤਕਲੀਫ ਹੋਈ ਹੈ ਕੋਈ ਮੌਕਾ ਭਾਲਦੇ ਆ ਉਹ ਇਹਦੇ ਖਿਲਾਫ਼ ਛੱਡਣ ਦਾ। ਆਈ ਹੁਣ ਇਹ ਕਲਾਕਾਰ ਆਏ ਹੋਏ ਹੈ, ਹੁਣ ਉਦੋਂ ਉਹਨਾਂ ਨੇ ਸਾਰਿਆਂ ਨੇ ਵਾਅਦਾ ਕਰਿਆ ਵੀ ਯਾਰ ਤੁਸੀਂ ਮੂਹਰੇ ਲੱਗੋ, ਅਸੀਂ ਤੁਹਾਡੇ ਮਗਰ ਹਾਂ, ਤੁਹਾਡੀ ਮਦਦ 'ਤੇ ਆਵਾਂਗੇ, ਜਿਹੜਾ ਕੁਛ ਤੁਸੀਂ ਕਹਿੰਦੇ ਹੋ ਅਸੀਂ ਚੈਨਲਾਂ ਰਾਹੀਂ ਜਿਹੜਾ ਮਤਲਬ ਗਾਹਾਂ ਵਾਇਰਲ ਕਰਨਾ ਹੁੰਦਾ ਹੈ ਵੀ ਉਹ ਸ਼ੇਅਰ ਕਰਨਾ ਹੁੰਦਾ ਹੈ, ਸਾਡੇ ਨਾਲ ਲੱਖਾਂ ਜੁੜੇ ਕਿਹੜੇ ਨੌਜਵਾਨਾਂ ਕੋਲ ਜਾਊਗਾ। ਇਹ ਕਰਨ ਤੋਂ ਬਾਅਦ ਜਿਹੜਾ ਉਹ ਦੀਪ ਸਿੱਧੂ ਹੈ ਜਾ ਕੇ ਉਹ ਉੱਥੇ ਉਹਨੇ ਉਹ ਲਾ ਲਿਆ, ਅਤੇ ਉਹ ਸਾਡੇ ਖਿਲਾਫ਼ ਸਾਰੇ ਖਿਲਾਫ਼ ਬੋਲੀ ਜਾਂਦਾ ਹੈ ਵੀ ਇਹ ਜੇ ਬੰਦ ਕਮਰੇ ਮੀਟਿੰਗ ਕਰਨਗੀਆਂ ਇਹਦਾ ਮਤਲਬ ਵਿਕ ਗਈਆਂ। ਇੱਦੋਂ ਪਹਿਲਾਂ ਕਿੰਨੀਆਂ ਬੰਦ ਕਮਰੇ ਉਹ ਮੀਟਿੰਗਾਂ ਹੋ ਗਈ, ਮਸਲੇ ਹੱਲ ਹੋਏ ਹੈ ਜੀ, ਧੌਲੇ ਸਨ ਨਾਲ ਹੈਗਾ ਉਹ 70 ਗੁਣਾ ਵਾਧਾ ਲਿਆ, ਗੋਬਿੰਦਪੁਰਾ ਹੈਗਾ ਉਹ ਜ਼ਮੀਨ ਵਾਪਸ ਲਈ ਆ ਉਹਨਾਂ ਤੋਂ, ਕਹਿ ਲਓ ਜਿਹੜਾ ਅੱਗੇ ਨਾਮ ਉਹ ਹੋ ਗਿਆ, ਉਹ ਹੋਈ ਤਾਂ ਬੰਦ ਕਮਰਿਆਂ 'ਚ ਹੀ ਮੀਟਿੰਗ ਹੈ, ਇਹ ਤਾਂ ਨਹੀਂ ਹੁੰਦਾ ਵੀ ਜਿਹੜਾ ਕੋਈ ਬੰਦ ਕਮਰਿਆਂ ਦਾ ਕਹਿੰਦਾ ਉਹਨੇ ਵਿਖ ਗਿਆ, ਜਾਂਦੀ ਉਸ ਕਿਸਮ ਦਾ ਮਾਹੌਲ ਉਹ ਬਣਾ ਰਹੇ ਹੈ ਇਸ ਗੱਲ ਨੂੰ ਢਾਹ ਲਾਉਣ ਦੀ ਖਾਤਰ। ਜੀ ਜੇ ਤੁਸੀਂ ਦੀਪ ਸਿੱਧੂ ਦਾ ਜ਼ਿਕਰ ਕਰਿਆ, ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਆ, ਉਹ ਕਹਿ ਰਹੇ ਆ ਵੀ ਜੇ ਇਹ ਬਿੱਲਾਂ ਤੋਂ ਆਪਾਂ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਕਿਸਾਨ ਸਿਖਾਲਾ ਸੀ ਵੀ ਆਪਾਂ ਨੂੰ ਉਸ ਦਿਸ਼ਾ ਵੱਲ ਵੀ ਸੋਚਣਾ ਚਾਹੀਦਾ, ਉਸ 'ਤੇ ਕੀ ਚੱਲ ਰਿਹਾ ਹੈਗਾ? ਦੇਖੋ ਜਿਹੜੀ ਗੱਲ ਹੈਗੀ ਹੈ ਕੁੱਲ ਜਿਹੜੀ ਹਾਲਤ ਹੈ, ਸ਼ੁਰੂ ਤੋਂ ਪਹਿਲਾਂ ਕਿਸਾਨਾਂ ਦੀ ਬਹੁਤ ਮਾੜੀ ਹਾਲਤ ਜੀ, ਇਕੱਲੇ ਕਿਸਾਨਾਂ ਦੀ ਕੁੱਲ ਤਬਕਿਆਂ ਦੀ ਕਰਨੀ ਹੋਵੇ, ਜਿਹੜੇ ਸਾਡੇ ਬੱਚੇ ਹੈ ਉਹਨਾਂ ਦੇ ਰੁਜ਼ਗਾਰ ਦਾ ਬੁਰਾ ਹਾਲ ਸੀਗਾ, ਉਹਦੇ 'ਚੋਂ ਬਾਹਰ ਜਾ ਰਹੇ ਹੈ, ਨਸ਼ਿਆਂ ਵਾਲੀ ਗੱਲ ਦਾ ਦੌਰ ਚੱਲਿਆ ਹੋਇਆ, ਜਾਣੀ ਉਹਦੇ 'ਚੋਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹੈ,
ਕੁੱਲ ਜਿਹੜੇ ਤਬਕੇ ਆ ਜਿਹਨਾਂ ਕਹਿਣਾ ਹੋਵੇ ਉਹ ਸਾਰੇ ਬਹੁਤ ਬੁਰੀ ਤਰ੍ਹਾਂ ਪੀੜਤ ਸੀ, ਤੰਗ ਸੀ। ਆਹ ਜਿੰਨਾ ਉਹਨੇ ਇਹਦਾ ਆੜ ਲੈ ਕੇ ਮਤਲਬ ਕਰੋਨਾ ਦੀ ਆੜ ਲੈ ਕੇ ਇੱਕਦਮ ਵੱਡਾ ਹਮਲਾ ਕਰਤਾ ਮੋਦੀ ਨੇ, ਇਹਦੇ ਖਿਲਾਫ਼ ਉਹ ਪਿਛਲਾ ਸਾਰਾ ਗੁੱਸਾ ਇਕੱਠਾ ਹੋ ਕੇ ਇਹਦੇ ਰਾਹੀਂ ਨਿਕਲ ਰਿਹਾ, ਮੌਕਾ ਬਣਿਆ ਜਾਂਦੀ, ਮੂੰਹਾਂ ਬਣਿਆ। ਐਂ ਨਹੀਂ ਵੀ ਇੱਕਦਮ ਵੇਲਾ ਏ ਅਤੇ ਲੋਕ ਉਹਨਾਂ ਨੂੰ ਬਹੁਤ ਵੱਡੀ ਤਕਲੀਫ ਹੋ ਗਈ, ਇੱਕਦਮ ਪਿਛਲੀ ਤਕਲੀਫ ਸਾਰੀ ਤੁਰੀ ਆਉਂਦੀ ਹੈ, ਉਹਦਾ ਮੂੰਹਾਂ ਮਤਲਬ ਕਹੋ ਆਰਡੀਨੈਂਸ ਬਣ ਗਈ। ਇੱਕ ਮੈਂ ਜਾਂਦੇ ਜਾਂਦੇ ਤੁਹਾਨੂੰ ਹੋਰ ਸਵਾਲ ਲੈਣਾ ਚਾਹੂੰ, ਜਿਹੜਾ ਤੁਸੀਂ ਲਾਈਵ ਹੋਏ ਸੀ, ਜਿਹੜੀ ਕੈਪਟਨ ਸਾਹਿਬ ਨੇ ਇੱਕ ਵੀਡੀਓ ਪਾਈ ਹੈ ਜਿੱਦਣ ਤੁਹਾਡੀ ਮੀਟਿੰਗ ਹੁੰਦੀ ਹੈ ਜਥੇਬੰਦੀਆਂ ਦੀ ਪੰਜਾਬ ਸਰਕਾਰ ਦੇ ਨਾਲ, ਉਸ ਵੀਡੀਓ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੋਗੇ ਦਰਸ਼ਕ? ਮੈਂ ਦੱਸਾਂ ਜਾਨੀ ਜੀ, ਉਹਨਾਂ ਨੇ ਵੀਡੀਓ ਪਾਈ ਹੈ ਸਿਰੇ ਦੀ, ਉਹਨਾਂ ਨੇ ਚਲਾਕੀ ਕੀਤੀ ਹੈ। ਜਿੰਨਾ ਕੁ ਮੈਂ ਅਕਾਲੀ ਦਲ ਦੇ ਖਿਲਾਫ਼ ਮਤਲਬ ਲਿਆਂਦੀ ਗੱਲ, ਉਨੀ ਉਹ ਵਾਇਰਲ ਕਰਤੀ ਉਹਨਾਂ ਨੇ, ਆਪਦਾ ਜਿਹੜਾ ਕੈਪਟਨ ਬੋਲਿਆ ਉਹ ਦਿਖਾਤਾ, ਜਿਹੜੀ ਪੂਰੀ ਗੱਲ ਕਹੀ ਉਹ ਦਿਖਾਈ ਨਹੀਂ। ਮੈਂ ਉਦੋਂ ਬਾਅਦ ਆਪ ਦੇ ਮਤਲਬ ਫੋਨ ਰਾਹੀਂ ਪਾ ਕੇ ਉਹ ਵਾਇਰਲ ਕੀਤੀ ਹੋਈ ਹੈ। ਮੈਂ ਅੱਜ ਵੀ ਕਹਿਣਾ ਚਾਹੁੰਦਾ ਉਹਨੂੰ ਸਵਾਲ ਹੀ ਇਹ ਸੀ ਕੀਤਾ ਸੀ ਅਸੀਂ ਵੀ ਤੁਸੀਂ ਕੈਪਟਨ ਸਾਹਿਬ ਜਿਹਦੇ ਮੁੱਖ ਮੰਤਰੀ ਬਣੇ ਹੋ, ਸਾਰੀਆਂ ਜਥੇਬੰਦੀ ਮੀਟਿੰਗ ਸੱਦੀ ਤੁਸੀਂ, ਉੱਥੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਆਪਾਂ 3-4 ਮਹੀਨੇ ਬਾਅਦ ਮਿਲਦੇ ਰਹਾਂਗੇ, ਸ਼ੁਰੂ ਇੱਥੋਂ ਹੋਈ ਵੀ ਤੁਸੀਂ 3-4 ਮਹੀਨੇ ਬਾਅਦ, ਅੱਜ 3-4 ਸਾਲ ਬਾਅਦ ਕਿਉਂ ਮਿਲ ਰਹੇ ਹਾਂ? ਅਤੇ ਜੇ ਮਿਲ ਰਹੇ ਹੋ ਉਹ ਜਿਹੜਾ 25 ਦਾ ਬੰਦ ਹੋਇਆ, ਕੁੱਲ ਲੋਕ ਇੱਧਰ ਭੁਗਤੇ ਹੈ, ਧਰਮ ਤੋਂ ਉੱਤੇ ਉੱਠ ਕੇ, ਜਾਤ ਤੋਂ ਉੱਤੇ ਉੱਠ ਕੇ, ਪਾਰਟੀ ਤੋਂ ਉੱਤੇ ਉੱਠ ਕੇ, ਉਹਨੇ ਤੁਹਾਨੂੰ ਇਸ ਗੱਲ ਲਈ ਮਜਬੂਰ ਕੀਤਾ ਵੀ ਕਿਸਾਨ ਜਥੇਬੰਦੀਆਂ ਨੂੰ ਬੁਲਾਓ ਇਹਦੇ 'ਚ, ਊਂ ਜਿਹੜੀ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਉਹਦਾ ਕੀ ਬਣਿਆ? ਤੁਸੀਂ ਕਿਹਾ ਵੀ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਉਹਦਾ ਤੁਸੀਂ ਕੀ ਕੀਤਾ? ਤੁਸੀਂ ਕਿਸਾਨਾਂ ਨੂੰ ਉਦੋਂ ਭਰੋਸਾ ਦਵਾਇਆ ਵੀ ਕੋਈ ਗੱਲ ਨਹੀਂ 2-3 ਮਹੀਨੇ ਠਹਿਰੋ, 2-3 ਮਹੀਨਿਆਂ ਬਾਅਦ ਤੁਹਾਨੂੰ ਖੁਦਕਸ਼ੀ ਕਰਨ ਦੀ ਲੋੜ ਨਹੀਂ ਪਊ, ਅਤੇ ਖੁਦਕਸ਼ੀਆਂ ਤੋਂ ਉਦੋਂ ਵੱਧ ਗਈਆਂ। ਉਦੋਂ ਗਾਹਾਂ ਤੁਸੀਂ ਵਾਅਦਾ ਕਰਿਆ ਵੀ ਜਿੰਨਾ ਨਸ਼ਾ ਦਾ ਚੱਲ ਰਿਹਾ ਗਰੋਪ ਹੈ ਵੱਡੀ ਪੱਧਰ 'ਤੇ, ਨੌਜਵਾਨ ਆ ਰਹੇ ਹੈ, ਤੁਸੀਂ ਕਿਹਾ ਵੀ 4 ਮਹੀਨੇ ਮੈਂ ਨਸ਼ਿਆਂ ਦਾ ਮਸਲਾ ਹੱਲ ਕਰ ਦੂੰ, ਲੱਗ ਕੇ ਤੋੜ ਦੂੰ, ਅਤੇ ਨਸ਼ੇ ਤਾਂ ਇਹ ਉਦੋਂ ਵਧੇ ਖੜ੍ਹੇ ਹੈ। ਜਾਨੀ ਵੀ ਕੁੱਲ ਤੁਸੀਂ ਜਿਹੜੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਦਾ ਕੀ ਕੀਤਾ? ਜਾਨੀ ਇਹਦੇ 'ਤੇ ਜਮੀ ਜਿਵੇਂ ਸੌਗੜ ਅਸਰ 'ਚ ਪਾਣੀ ਦਾ ਪੈ ਗਿਆ ਹੁੰਦਾ, ਇਸ ਕਿਸਮ ਦਾ ਉਹਨਾਂ ਨੇ ਰੋਲ ਨਵਾਇਆ, ਕੋਈ ਇਹਦੇ ਜਵਾਬ 'ਚ ਬਹਿਸੀ ਨਹੀਂ ਬਣਾਈ। ਅੱਗੇ ਜੇ ਆਪਾਂ ਕਹਿ ਦਈਏ ਅੱਗੇ ਹੁਣ ਗਾਂਹ ਗੱਲਬਾਤ ਕੋਈ ਚੱਲ ਰਹੀ ਹੈ ਪੰਜਾਬ ਸਰਕਾਰ ਨਾਲ ਕਿ ਫਿਲਹਾਲ ਹਜੇ ਕੋਈ ਫਿਲਹਾਲ ਕੋਈ ਗੱਲਬਾਤ ਨਹੀਂ ਹੈਗੀ? ਜੀ ਹਾਂ, ਧੰਨਵਾਦ। ਸੋ ਦੋਸਤੋ, ਇਹ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ, ਕੇ ਅੱਗੇ ਵੀ ਅਸੀਂ ਇਸ ਖਬਰ ਦੇ ਨਾਲ ਬਣੇ ਹੋਏ ਹਾਂ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।